चोरी साबित केड़ी हुई है बाय प्रूफ आवाम नु दसन के यार प्रूफ है चोरी की सजा लगी पैसा रिकवर हो जिन्हे पंप इन्हों सारे क्लोज किया नहीं मिले अगर इन्हों दिन मिल हुकूमत की करती है हुकूमत को एजेंसिया ने अदारे ने इन्हों खिलाफ एक्शन क्यों नहीं लाते इधरों पेट्रोल महंगा आया हों उधर इमरान साहब को पता ही नहीं कि साडा पेट्रोल महंगा है चीनी का रेट वधे आ जाम कर लेंदे जिनी देर हुण उहने बैठिया रहना उत्थे जिने ताजर ने हर शह जाम कर देनी है इस हुकूमत नूं कमजोर करन वास्ते अगर ये चंगा हो जिस तरह भट्टो ने मिला फड़िया सारिया मिला फड़े तो सवेरे हर शह बाहर आ जाती मतलब इमरान खान चंगा नहीं ਕਿਹੜੇ ਪਿੰਡ ਨੂੰ ਰਿਕਸ਼ਾ ਚਲਾਉਂਦੇ ਹੋ ਦੱਸੋ ਪਹਿਲਾਂ ਮੈਨੂੰ ਕਿਹੜੇ ਪਿੰਡ ਨੂੰ ਰਿਕਸ਼ਾ ਹਾਂਜੀ ਉਦੋਂ ਕਿ ਨਵਾਜ਼ ਸ਼ਰੀਫ ਦੇ ਦੌਰ 'ਚ ਕਿਰਾਏ ਤੇ ਤੁਸੀਂ ਕਿਰਾਇਆ ਕਿਉਂ ਵਧਾਇਆ ਤੁਸੀਂ ਕਿਉਂ ਵਧਾਇਆ ਹਾਂ ਤਾਂ ਵਧਾਇਆ ਕੋਈ ਨਹੀਂ ਕਿਉਂ ਨਹੀਂ ਵਧਾਇਆ ਸਾਰੇ ਲੈਂਦੇ 30 ਦੇ 40 ਲੈਂਦੇ 50 ਲੈਂਦੇ ਸਾਡਾ ਉਹ 10 ਰੁਪਏ ਚੱਲਦਾ ਪਿਆ ਸਾਡਾ ਕਿਰਾਇਆ ਕਿਹੜਾ ਵਧਿਆ ਜੀ ਕੋਈ ਵੀ ਕੱਖ ਵੀ ਨਹੀਂ ਵਧਿਆ ਆ ਤੇ ਇਮਰਾਨ ਖਾਨ ਦੇ ਇੱਕ ਇਮਰਾਨ ਖਾਨ ਪੈਟਰੋਲ ਸਸਤਾ ਕੀਤਾ ਹੀ ਲੱਭਾ ਹੀ ਕਿਸੇ ਨੂੰ दसो ना लबा ही किसी ने जो उन्हें पेट्रोल सस्ता किया तो लबा ही जिन्हें पंप इन्हों सारे इन्होंने उन्होंने क्लोज किया तो नहीं मिले जी 60 रुपए पेट्रोल ही हूँ 110 रुपए पेट्रोल यदा जिम्मेदार कौन है मसला किराया हाँ 10 रुपए बधाया पेट्रोल 50 है।
ਕੀ ਦੇ ਦੌਰ ਦੇ ਵਿੱਚ ਤੇ ਮਸਲਾ ਇਹ ਸੀ ਤਾਂ ਕਿ ਨਹੀਂ ਨਾ ਬਹੁਤ ਕੰਮ ਔਖਾ ਹੋ ਗਿਆ ਹੈ ਮਜ਼ਦੂਰ ਵੋਟ ਕਿਨੂੰ ਦੋ ਨਹੀਂ ਵੋਟ ਕਿਨੂੰ ਦੇਵਾਂਗੇ ਵੋਟ ਤੇ ਆਹ ਨਵਾਜ਼ ਸ਼ਰੀਫ ਨੂੰ ਦੇਣੇ ਨੇ ਭਾਵੇਂ ਮਾਰ ਵੀ ਜਾ ਇਨਸ਼ਾਅੱਲਾ ਕੋਈ ਵਜ੍ਹਾ ਕੋਈ ਗੱਲ ਹੈ ਕੋਈ ਵਜ੍ਹਾ ਵਜ੍ਹਾ ਮਹਿੰਗਾਈ ਬਹੁਤ ਹੈ ਕਿ ਗੁਜ਼ਰ ਹੁੰਦਾ ਕੋਈ ਨਹੀਂ ਸਰ ਜੀ ਤੇ ਆਪਣਾ ਜਿਹੜਾ ਨਾ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਕੰਟਰੋਲ ਕਰਨ ਸਾਡੀ ਡਿਮਾਂਡ ਨਹੀਂ ਸਾਡੀ ਡਿਮਾਂਡ ਸਿਰਫ ਮਹਿੰਗਾਈ ਦਾ ਕੰਟਰੋਲ ਹੈ ਗਰੀਬ ਬੰਦੇ ਨੂੰ ਕੀ ਚਾਹੀਦਾ ਚੀਨੀ ਸਸਤੀ ਆਟਾ ਸਸਤਾ ਆਂਡੀ ਸਸਤੀ ਸਾਨੂੰ ਹੋਰ ਅਸੀਂ ਤਾਂ ਨਾ ਰਿਕੁਆਇਰ ਕਰਨੇ ਆ ਸਾਡੇ ਥੱਲੇ ਮਰਸਡੀਜ਼ ਹੋਏ ਨਾ ਸਾਡੀ ਰਿਕੁਆਇਰਮੈਂਟ ਸਾਨੂੰ ਤੁਸੀਂ ਬਾਜ਼ਾਰੋਂ ਲੈ ਕੇ ਦਿਓ ਸਾਡੀ ਸਿਰਫ ਇਹ ਰਿਕੁਆਇਰਮੈਂਟ ਕਿ ਗਰੀਬ ਬੰਦਾ ਉਹ ਕੰਮ ਅਜ਼ ਕੰਮ ਦੋ ਟਾਈਮ ਰੋਟੀ ਤਾਂ ਸਕੂਨ ਨਾਲ ਖਾ ਲੈਣਾ ਵੋਟ ਕਿਨੂੰ ਦੋਗੇ ਵੋਟ ਭਾਈ ਨਵਾਜ਼ ਸ਼ਰੀਫ ਨੂੰ ਦੇਵਾਂਗੇ ਠੀਕ ਹੈ ਕੋਈ ਵਜ੍ਹਾ ਉਹਦੀ ਵਜ੍ਹਾ ਭਾਈ ਤੁਹਾਨੂੰ ਵੀ ਨਜ਼ਰ ਆਣ ਲਈ ਉਹਦੇ ਦੌਰ ਦੇ ਵਿੱਚ ਆਟਾ ਕਿੰਨੇ ਰੁਪਏ ਕਿਲੋ ਲੈਂਦੇ ਹੋ ਚੀਨੀ ਕਿੰਨੇ ਰੁਪਏ ਕਿਲੋ ਲੈਂਦੇ ਹੋ ਉਹ ਬਾਹਰ ਗਿਆ ਤਾਂ 15 ਰੁਪਏ ਦੀ ਰੋਟੀ ਤੇ 30 ਰੁਪਏ ਦਾ ਨਾਨ ਇਮਰਾਨ ਖਾਨ ਜੀ ਠੀਕ ਹੈ ਉਹਦੇ ਦੌਰ 'ਚ ਤੁਸੀਂ ਆਪ ਦੱਸੋ ਰੋਟੀ ਕਿੰਨੇ ਦੀ ਲੈਂਦੇ ਹੋ ਨਹੀਂ ਮੈਂ ਤਾਂ ਠੀਕ ਹੈ ਉਹ ਆਟਾ ਕਿੰਨੇ ਰੁਪਏ ਕਿਲੋ ਸੀ ਚੀਨੀ ਕਿੰਨੇ ਰੁਪਏ ਕਿਲੋ ਸੀ ਐਕ ਫਰੂਟਰ ਹੀ ਐਕ ਫਰੂਟਰ ਹੀ ਏਡੀ ਜੋ ਵਫਾਦਾਰ ਕੌਮ ਹੈ ਨਵਾਜ਼ ਸ਼ਰੀਫ ਦੀ ਏਡੀ ਜੋ ਵਫਾਦਾਰ ਕੌਮ ਹੈ ਨਵਾਜ਼ ਸ਼ਰੀਫ ਦੀ ਤੇ ਨਵਾਜ਼ ਸ਼ਰੀਫ ਵਿਚ ਲੱਗ ਸਾਹਮਣਾ ਕਰੇ ਕੋਰਟ ਦਾ ਕੀ ਸੂ ਆ ਤੂੰ ਦਾ ਸਾਹਮਣਾ ਕਰੇ ਨਾ ਅਗਰ ਜੋਰ ਜੁ ਨਹੀਂ ਹੈਗਾ ਅਗਰ ਜੋਰ ਜੁ ਨਹੀਂ ਹੈਗਾ ਤੇ ਕੋਰਟ ਦੇ ਸਾਹਮਣੇ ਆਏ ਉਹ ਸੱਜੇ ਬੰਦੇ ਦੀ ਸਾਹਮਣੇ ਹੁੰਦਾ ਪਿਆ ਜੇਲ੍ਹ ਚ ਉਹ ਤੁਮਨੇ ਜਲਸਾ ਕੀਤਾ ਸਾਫ ਜੁਏ ਗੱਲ ਦਾ ਸਾਹਮਣਾ ਕਰੇ ਉਹ ਤੁਮਨੇ ਇਹ ਕਿਉਂ ਕੀਤਾ ਗੱਲ ਸੁਣੋ ਚੌਂਕੇ ਜੇ ਅੱਲਾ ਦੇ ਬੰਦੇ ਆ ਅੱਲਾ ਦੇ ਬੰਦੇ ਮੇਰੀ ਗੱਲ ਸੁਣ ਪੁੱਤਾਂ ਮੇਰੀ ਗੱਲ ਸੁਣ ਉਹ ਜੇਲ੍ਹ ਤੋਂ ਉਹ ਮੇਰਾ ਬੇਟਾ ਗੱਲ ਸੁਣ ਮੇਰੀ ਗੱਲ ਸੁਣ ਲੈਣਾ 100 ਬੰਦਾ ਮਾਕਸ ਨਹੀਂ ਪਾਣਾ ਚਲੋ ਸਾਰਿਆਂ ਨੂੰ ਜੇਲ੍ਹ ਚ ਇਹ ਨਹੀਂ ਕੀ ਚਲੋ ਜੇਲ੍ਹ ਅੱਲਾ ਦੇ ਜੇਲ੍ਹ ਤੋਂ ਇਲਾਵਾ ਕੰਮ ਕੀ ਇਮਰਾਨ ਖਾਨ ਜਿਹੜਾ ਫੰਡ ਨੇ ਕੇਸ ਦੇ ਵਿੱਚ ਸਾਹਮਣੇ ਕਿਉਂ ਨਹੀਂ ਆਉਂਦਾ ਪਿਆ ਉਹਨੂੰ ਕਿਉਂ ਬੈਠ ਨਹੀਂ ਕੀਤਾ ਹੈ ਆਪਣੀ ਵਾਰੀ ਆਉਂਦੀ ਤੇ ਸਾਫ ਕੋਈ ਨਹੀਂ ਅਗਲੇ ਦੀ ਵਾਰੀ ਆਉਂਦੀ ਤੇ ਸਾਫ ਇਹ ਨਹੀਂ ਭੈੜਾ ਹੈ ਨਾ ਸਾਹਮਣੇ ਜਾਏ ਆਵਾਮ ਵਿੱਚ ਰਵੇ ਇਮਰਾਨ ਸਾਹਿਬ ਕਿਉਂ ਭੱਜਦਾ ਜਿੰਨੀ ਵਾਰ ਹੋ ਗਿਆ ਭੱਜ ਗਿਆ ਜਦੋਂ ਇਹਦੀ ਵਾਰੀ ਆਈ ਸੀ ਉਥੇ ਮਰੀ ਜਾ ਕੇ ਬਹਿ ਰਿਹਾ ਸੀ ਪੰਜਾਬ ਹੀ ਛੱਡ ਗਿਆ ਸੀ ਪੰਜਾਬ ਛੱਡ ਕੇ ਮਰੀ ਜਾ ਕੇ ਬਹਿ ਰਿਹਾ ਸੀ ਤੇ ਮੈਨੂੰ ਫੜ ਕੇ ਵਹਾਓ ਉਥੇ ਦੀ ਗਵਰਨਮੈਂਟ ਸੀ ਮੈਨੂੰ ਫੜ ਕੇ ਵਹਾਓ ਆਟਾ 70 ਰੁਪਏ ਕਿਲੋ ਜਿੰਨੀ ਜ਼ਿਆਦਾ ਦਾ ਬਾਹਰ ਕਿਉਂ ਲੈ ਗਿਆ ਜੋ ਮਕਸਦ ਹੀ ਕਰੀ ਆਵਾਮ ਨੇ ਅਸੀਂ ਕੰਮ ਨਹੀਂ ਕਰ ਸਕਦੇ ਉਹਦੀ ਫੈਕਟਰੀ ਚ ਹਿੰਦੂ ਕੰਮ ਕਰਦੇ ਪਏ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਅਸੀਂ ਮਿਹਨਤ ਕਰ ਸਕਦੇ ਉਹ ਜੋ ਬਾਹਰ ਜਾ ਕੇ ਬਾਹਰ ਜਾ ਕੇ ਪੈਸੇ ਲਾ ਕੇ ਬੈਕ ਕਮਾਈ ਕਰਦੇ ਨੇ ਪਏ ਆਵਾਮ ਨੂੰ ਇੱਥੇ ਇੱਥੇ ਪੈਸੇ ਲਾਣ ਇੱਥੇ ਟੈਕਸ ਦਾ ਮਿਲ ਆਪਣਾ ਸ਼ੂਗਰ ਮਿਲ ਇੱਥੇ ਬਣਾਣ ਬੱਚੇ ਵੀ ਸਾਡੇ ਇੱਥੇ ਕਰਾਂ ਇੱਥੇ ਪੜਨਾ ਹੀ ਮਿਹਨਤ ਕਰੀਏ ਸਾਨੂੰ ਤਨਖਾਹ ਮਿਲੇ ਉਹ ਬਾਹਰ ਲਾ ਕੇ ਪੈਸੇ ਇੱਥੋਂ ਪੈਸੇ ਚੁੱਕਦੇ ਨੇ ਬਾਹਰ ਤੁਰ ਜਾਂਦੇ ਲੈ ਕੇ ਇਹ ਕਿਹੜਾ ਕੰਮ ਹੈ ਏਡੀ ਜੋ ਵਫਾਦਾਰ ਆਪਣੀ ਕੌਮ ਦਾ ਵਫਾਦਾਰ ਸਾਹਮਣੇ ਮੁਕਾਬਲਾ ਕਰੇ ਝੂਠਾ ਜਿਹੜੀ ਸਾਹਮਣੇ ਆਏ ਗੱਲ ਸੁਣੋ ਸਰ ਆਵਾਮ ਨੂੰ ਸ਼ੋਰ ਹੀ ਨਹੀਂ ਆ ਮਰਾਂ ਰਹਾ ਚੋਰ ਇਮਰਾਂ ਰਹਾ ਚੋਰ ਅਸੈਂਬਲੀ ਚ ਗਿਆ ਜਾ ਰਿਹਾ ਅਸੈਂਬਲੀ ਆ ਰਹੇ ਕਹਿੰਦੇ ਨਵਾਜ਼ ਸ਼ਰੀਫ ਚੋਰ ਆਪੋਜੀਸ਼ਨ ਚੋਰ ਸਾਰਿਆਂ ਸਾਨੂੰ ਬਾਹਰ ਲਾਏ ਆ ਠੀਕ ਹੈ ਕਿ ਨਹੀਂ ਉਹ ਚੋਰ ਆ ਚੋਰ ਹੋਣੇ ਭਾਈ ਨੇ ਉਹ ਕਹਿ ਰਹੇ ਨੇ ਚੋਰ ਨਾ ਹੁੰਦੇ ਤੇ ਬਾਹਰ ਉਹਦੇ ਤੇ ਚੋਰੀ ਸਾਬਤ ਕਿਹੜੀ ਹੋਈ ਹੈ ਬਾਏ ਪ੍ਰੂਫ ਆਵਾਮ ਨੂੰ ਦੱਸਣ ਕਿ ਯਾਰ ਆ ਪ੍ਰੂਫ ਹੈ ਇਹਦੀ ਤੈਨੇ ਚੋਰੀ ਕੀਤੀ ਹੈ ਇਹਦੀ ਇਹਨੂੰ ਇਹ ਸਜ਼ਾ ਲੱਭੀ ਕੋਈ ਪੈਸਾ ਰਿਕਵਰ ਹੋਇਆ ਤੁਸੀਂ ਮੀਡੀਆ ਵਾਲਿਓ ਸਾਡੇ ਨਾਲ ਜ਼ਿਆਦਾ ਸਿਆਣੇ ਹੋ ਕੋਈ ਪੈਸਾ ਰਿਕਵਰ ਹੋਇਆ ਹੋਏ ਕੋਈ ਚੀਜ਼ ਰਿਕਵਰ ਹੋਈ ਹੋਏ ਯਾਰ ਇੰਜੇ ਚੋਰ 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 ਉਹ ਪੈਸਾ ਭਾਜੀ ਗੱਲ ਸੁਣ ਮੇਰੀ ਹਰ ਸ਼ੈ ਕਲੀਅਰ ਹੋਈ ਸਾਹਮਣੇ ਤੇ ਆਏ ਆਉਂਦਾ ਹੀ ਨਹੀਂ ਸਾਹਮਣੇ ਪਿਆ ਰੇੜੀਆਂ ਵਾਲਿਆਂ ਨੂੰ ਆਉਂਦਾ ਹੀ ਨਹੀਂਗਾ ਸਾਹਮਣੇ ਆਏ ਨਾ ਅਦਾਲਤ ਦੇ ਸਾਹਮਣੇ ਪੇਸ਼ ਹੋਵੇ ਅਗਰ ਸੱਚਾ ਜੂਏ ਬੜਾ ਇਮਾਨਦਾਰ ਉਹ ਆਦਮੀ ਅਦਾਲਤ ਦੇ ਸਾਹਮਣੇ ਪੇਸ਼ ਹੋਵੇ ਉਹ ਜਿਹੜੇ ਇਮਾਨਦਾਰਾਂ ਦੀ ਨਵਾਜ਼ ਸ਼ਰੀਫ ਦੀ ਜਦੋਂ ਹਕੂਮਤ ਆਈ ਕਤਲੋਗਾਰਤ ਹੋਈ ਹੈ ਜਿੰਨੇ ਲੀਡਰ ਉਹਦੇ ਆਏ ਨੇ ਐਮਐਨ ਐਮਪੀ ਹੈ ਜਿੰਨੇ ਵੀ ਆਏ ਨੇ ਸਾਰੇ ਟੋਟਲ ਕਾਤਲ ਹੀ ਨੇ ਕੋਈ ਬੰਦਾ ਵੀ ਜਿੰਨੇ ਨਹੀਂ ਮਾਫੀ ਦਿੱਤੀ ਦੀ ਆ ਜਿਹੜੇ ਕੋਈ ਲੱਗੀ ਜੀ ਬੰਦੇ ਕਤਲ ਕਰ ਦਿੱਤੇ ਨੇ ਧੋਣਾ ਲਾ ਦਿੱਤੀਆਂ ਨੇ ਉਹ ਤਾਂ ਦਸ਼ ਕਰਦੇ ਨੇ ਤੁਹਾਡੇ ਦਸ਼ ਕਰਦੇ ਨੇ ਅੱਛਾ ਉਹ ਸਾਡੇ ਦਸ਼ ਕਰਦੇ ਹੋ ਹਾਂਜੀ ਕੀ ਬਾਤ ਹੈ ਸੱਚ ਬੋਲੇ ਆਏ ਜੀ ਸਰ ਸਾਡੀ ਆਵਾਮ ਸੱਚ ਨਹੀਂ ਮੰਨਦੀ ਸੱਚ ਕਰ ਸਕਦਾ ਸੱਚ ਨਹੀਂ ਮੰਨਦੀ ਸੱਚ ਕੁਝ ਨਹੀਂ ਕਰ ਸਕਦੀ ਆਪਣੀ ਆਟਾ 130 ਰੁਪਏ ਕਿਲੋ ਆਟਾ ਖਾਣਾ 130 ਰੁਪਏ ਆਟਾ ਖਾਣਾ ਫਿਰ ਵੀ ਉਹ ਮਸ਼ਰਫ ਦੌਰ ਕਿੰਨੇ ਵੋਟ ਕਿੰਨੇ ਆਟਾ ਕਿਉਂ ਪਾਉਂਦੇ ਵੋਟ ਕਿਨੂੰ ਦੋ ਕੋਟ ਅੱਲਾ ਨੂੰ ਪਤਾ ਜੀ ਸਾਨੂੰ ਬਰੋਨ ਮਰਾਨ ਦਾ ਬਰੋਨ ਮਰਾਨ ਦਾ ਭਾਜੀ ਵੋਟ ਸ਼ੇਰ ਇਮਰਾਨ ਖਾਨ ਦਾ ਕੋਈ ਵਜ੍ਹਾ ਭਾਜੀ ਵਜ੍ਹਾ ਹੈ ਉਹ ਮਾਨਦਾਰ ਬੰਦਾ ਉਹ ਮੁਲਕ ਦਾ ਸੋਚਦਾ ਆਵਾਮ ਦਾ ਸੋਚਦਾ ਤੇ ਮੁਲਕ ਬਿਹਤਰ ਹੋਗਾ ਤੇ ਆਵਾਮ ਦਾ ਸੋਚੇਗਾ ਨਾ ਆਵਾਮ ਦਾ ਕੀ ਸੋਚਦਾ ਉਹ ਗੱਲ ਸੁਣ 2.5 ਸਾਲ ਹੋਏ ਨੇ ਇਹ ਕੀ ਹੋਇਆ ਜੀ ਤਾਂ 2.5 ਸਾਲ ਹੋਏ ਨੇ 2.5 ਸਾਲ ਹੋਏ ਨੇ ਅਗਲੇ 2.5 ਸਾਲ ਆ ਤੈਨੂੰ 40 ਸਾਲ ਦਾ ਮੁਲਕ ਖਾ ਗਿਆ ਲੁੱਟ ਕੇ ਅਸੀਂ ਸਕੂਨ ਨਾਲ ਖਾਂਦੇ ਤੇ ਖਾ ਗਿਆ ਮੁਲਕ ਰੱਖ ਕੇ ਕਰਨਾ ਕਿਉਂ ਨਹੀਂ ਖਾਦਾ ਤੂੰ ਗੱਲ ਸੁਣੋ ਅਸਾਂ ਵੇਖੋ ਗਿੱਦੜ ਗਿੱਦੜ ਸ਼ੇਰ ਨਹੀਂ ਸ਼ੇਰ ਕਿਹੜਾ
इमरान खान दे दौर च महंगाई बहुत ज्यादा हो गई, गरीब आवाम भुखी है। इमरान खान होर भी तो सवारा सवारदा ना पिया, कर्जे भी तो लांदा ना पिया। महंगाई कादी हो गई, कोई महंगाई नहीं हुई। 12 रुपया जिन्ना आंदा पिया पाकिस्तान च आंदा पिया, बाहर नहीं जाता। कोई खुशहाल नहीं सी, वह भी अपना आप टोरदा सी, कोई बंदा नहीं सी। किसी ने किनू किते घर उन्हें दाने पाक दिते, किसी बंदे ने जो दाने पाक दिते। उदो भी लोग भैड़ा हाल है, तो जट्टा आंदा, और सारी दुनिया ठीक है। चलो शुक्रिया।